ਹਾਂਜੀ, ਮੈਂ ਹਰਗੋਬਿੰਦ ਕੌਰ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸਟੇਟ ਪ੍ਰੈਜ਼ੀਡੈਂਟ, ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੀ ਕੌਮੀ ਪ੍ਰਧਾਨ। ਅੱਜ ਅਸੀਂ 140ਵੇਂ ਦਿਨ ਦੇ ਵਿਚ ਸਾਡਾ ਸੰਘਰਸ਼ ਪਹੁੰਚ ਗਿਆ ਬਠਿੰਡੇ ਦੇ ਵਿਚ, ਡੇ ਨਾਈਟ ਧਰਨਾ ਲੱਗਿਆ ਹੋਇਆ। ਤਾਂ ਅਸੀਂ ਅੱਜ ਇੱਕ ਤਾਂ ਮੌਸਮ ਨੇ ਸਾਡੇ ਤੇ, ਜਿਹੜਾ ਪਹਿਲਾਂ ਬਹੁਤ ਜ਼ਿਆਦਾ ਗਰਮੀ ਰਹੀ ਹੈ, ਰਾਤ ਦੀ ਬਾਰਿਸ਼ ਆ ਰਹੀ ਹੈ, ਤਾਂ ਮੌਸਮ ਨੇ ਵੀ ਸਾਡਾ ਇਮਤਿਹਾਨ ਲੈਣਾ ਸ਼ੁਰੂ ਕੀਤਾ ਹੋਇਆ। ਸਾਰੀ ਰਾਤ ਅਸੀਂ ਬਾਰਿਸ਼ ਕੱਢੀ, ਉਧਰੋਂ ਸਰਕਾਰ ਸਾਡਾ ਇਮਤਿਹਾਨ ਲੈ ਰਹੀ ਹੈ। ਮਨਪ੍ਰੀਤ ਬਾਦਲ ਜੀ ਨੇ ਬਹੁਤ ਸਾਰੇ ਰੰਗ ਵਿਖਾਏ ਸੀ ਲੋਕਾਂ ਨੂੰ ਕਿ ਅਸੀਂ ਤੁਹਾਡੇ ਲਈ ਆਹ ਕਰਾਂਗੇ, ਉਹ ਕਰਾਂਗੇ, ਤੇ ਅੱਜ ਅਸੀਂ ਉਹਨਾਂ ਦੀ ਬਲੈਕ ਐਂਡ ਵਾਈਟ ਫੋਟੋ ਹੈ, ਜਿਹੜੀ ਬੇਰੰਗੀ ਫੋਟੋ ਹੈ, ਉਹਨੂੰ ਮਿੱਠਾ ਖਵਾਇਆ ਕਿ ਸ਼ਾਇਦ ਉਹ ਆਪਦੇ ਅਸਲੀ ਰੰਗ 'ਚ ਵਾਪਸ ਆ ਜਾਵੇ। ਤੇ ਅਸੀਂ ਨਾਲ ਹੀ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਬੇਸ਼ੱਕ ਮੌਸਮ ਸਾਨੂੰ ਪਰੇਸ਼ਾਨ ਕਰ ਰਿਹਾ, ਸਰਕਾਰ ਪਰੇਸ਼ਾਨ ਕਰ ਰਹੀ ਹੈ, ਪਰ ਅਸੀਂ ਬਿਲਕੁਲ ਪਰੇਸ਼ਾਨ ਨਹੀਂ ਹੈਗੀਆਂ। ਅਸੀਂ ਆਪਣੀਆਂ ਮੰਗਾਂ ਲਈ ਡਟੀਆਂ ਹੋਈਆਂ, ਅਸੀਂ ਜਿੰਨੀਆਂ ਵੀ ਸਾਨੂੰ ਮੁਸ਼ਕਲਾਂ, ਔਕੜਾਂ, ਤੂਫਾਨ, ਹਨੇਰੀਆਂ ਆਉਣਗੀਆਂ, ਅਸੀਂ ਉਹਨਾਂ ਨੂੰ ਝੱਲਾਂਗੀਆਂ, ਤੇ ਸਰਕਾਰ ਨੂੰ ਸਾਡੀਆਂ ਮੰਗਾਂ ਜਿਹੜੀਆਂ ਉਹਨੂੰ ਪੂਰੀਆਂ ਕਰਨੀਆਂ ਪੈਣਗੀਆਂ। ਅਸੀਂ ਖਿੜੇ ਮੱਥੇ ਸਵੀਕਾਰ ਕਰਦੇ ਹਾਂ ਜੋ ਸਾਡੇ ਨਾਲ ਹੋ ਰਿਹਾ। ਹਾਂਜੀ, ਜਿਹੜੀ ਮੀਟਿੰਗ ਸਰਕਾਰ ਨੇ ਸਾਡੀ ਹੁਣ 17 ਜੁਲਾਈ ਸਾਨੂੰ ਫਾਈਨਲ ਮੀਟਿੰਗ ਦਿੱਤੀ ਹੈ, ਜਿਹਦੇ 'ਚ ਇਹ ਫੈਸਲਾ ਹੋਣਾ ਕਿ ਸਾਡੇ ਮਾਣ ਭੱਤੇ 'ਚ ਵਾਧਾ ਹੋਵੇ, ਸਾਡੇ ਆਂਗਣਵਾੜੀਆਂ ਦੇ ਬੱਚੇ ਵਾਪਸ ਆਉਣ ਤੇ NGO ਕੋਲ ਚਲਦੇ ਬਲਾਕ ਵਾਪਸ ਹੋਣ। ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇੰਨਾ ਸੰਘਰਸ਼ ਕੀਤਾ, ਸਰਕਾਰ ਤੇ ਅਸੀਂ ਇੱਕ ਦਬਾਅ ਬਣਾਇਆ ਤੇ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ, ਪਰ ਸਾਨੂੰ ਇਸ ਗੱਲ ਦਾ ਹੌਸਲਾ ਵੀ ਹੈਗਾ ਕਿ ਅਸੀਂ ਬਿਲਕੁਲ ਲੜਾਂਗੀਆਂ ਤੇ ਸਰਕਾਰ ਨੂੰ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਹੀ ਪੈਣਗੀਆਂ।